ਹੈਲੋ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਤੇ, ਜਿਸ ਦਾ ਨਾਮ ਹੈ ਜਟੀਨ ਪੰਜਾਬ, ਅਤੇ ਮੈਂ ਹਰਦੀਪ ਕੌਰ। ਅੱਜ ਦੀ ਵੀਡੀਓ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ, ਕਿਉਂਕਿ ਇਹ ਜਿਹੜੀ ਅਲਬੇਲਾ ਟੀਵੀ 'ਤੇ ਜਿਹੜੇ ਗੋਗਾ ਪੰਸੋਰੀ ਜੀ ਐਂਡ ਸਲੀਮ ਅਲਬੇਲਾ ਜੀ ਬਹੁਤ ਹੀ ਵਧੀਆ ਜਿਹੜੀ ਵੀਡੀਓਜ਼ ਅਪਲੋਡ ਕਰਦੇ ਨੇ, ਅਤੇ ਅੱਜ ਉਹਨਾਂ ਦੀ ਹੀ ਇੱਕ ਇਹੋ ਜਿਹੀ ਵੀਡੀਓ ਜਿੱਥੇ ਮੈਂ ਰਿਕਮੈਂਡ ਕਰਨ ਲੱਗੀ ਹਾਂ, ਜਿੱਥੇ ਮੈਂ ਰਿਐਕਸ਼ਨ ਦੇਣ ਲੱਗੀ ਹਾਂ। ਸੋ ਇਹ ਵੀਡੀਓ ਦਾ ਟਾਈਟਲ ਹੈਗਾ ਜਿਨ ਕੋ ਕਾਬੂ ਕਰ ਲਿਆ। ਸੋ ਆਓ ਅੱਜ ਆਪਾਂ ਇਹ ਵੀਡੀਓ ਦੇਖਦੇ ਹਾਂ। ਤੰਗੇ ਦੇ ਹਾਲਾਤਾਂ ਵਿੱਚ ਸਾਡੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਆ ਗਿਆ। ਇੱਥੇ ਕੀ ਕਰਨ ਲੱਗੇ? ਆ ਗਿਆ। ਇੱਥੇ ਆਪ ਡਰੀ ਜਾਂਦੇ ਹੋ। ਇੱਥੇ ਹੀ ਆ ਗੋਲਡਨ ਜੈਨ, ਅੱਜ ਸਾਡੇ ਹੱਥੀ ਲੱਗ ਗਿਆ, ਸਾਡੀਆਂ ਨਸਲਾਂ ਤਰ ਜਾਣਗੀਆਂ। ਕੋਈ ਮੰਤਰ ਮੁੰਤਰ ਆਉਂਦਾ ਤੈਨੂੰ? ਪੀਰੋ ਮੁਰਸ਼ਦ ਇੱਕ ਕੋਟ ਸਿਰਫ ਇੱਕ ਹੀ ਆਉਂਦਾ, ਇੱਕ ਆਉਂਦਾ, ਉਹ ਹੀ ਸੁਣਾ ਦੇ, ਉਹ ਵੀ ਨਾ ਭੁੱਲ ਜਾਈ। ਚੱਲ ਇੱਕ ਮਿੰਟ, ਜ਼ਰਾ ਮੈਂ ਆਪਣਾ ਸਾਜ਼ੋ ਸਮਾਨ ਕੱਢ ਲਵਾਂ। ਲੈ ਪੁੱਤਰਾ ਥੋੜ੍ਹਾ ਜਿਹਾ ਪਿੱਛੇ ਹੋ ਜਾ, ਚੱਲ ਪੜ ਮੰਤਰ। ਬੇਅਦਬਾ ਮਕਸੂਦ ਨਾ ਹਸਨ ਨਾ ਦਰਗਾਹ ਢੋਈ। ਆਹਾ, ਐਵੇਂ ਤੈਨੂੰ ਚੰਨ ਹੀਰੇ ਕਮ ਅੱਲੜ ਕੰਬਲੀ ਹੋਈ। ਆਹਾ, ਜਿਨ ਕੇ ਹੋ ਟੋਪ ਪੇ ਕਬੀ ਪਾਓਂ ਪੇ ਛਾਲੇ ਹੋਗੇ, ਜਿੰਨਾ ਤੇਰੀ ਮਰਜ਼ੀ ਨਚਾ ਬੇਲੀਆ, ਜਿਨ ਆ ਆ ਆ ਜਿਨ ਆ ਜਿੰਨਾ ਪੱਕੇ ਕਿੱਥੇ ਰਹਿ ਗਿਆ? ਤੁਸੀਂ ਧੂੰਆਂ ਘੱਟ ਕਰੋ, ਤੁਸੀਂ ਤੇ ਐਂ ਬਾਰਬੀਕਿਊ ਲਾਉਣ ਡਏ। ਬੇਟਾ ਇਹ ਆਮ ਧੂੰਆਂ ਨਹੀਂ। ਅੱਛਾ ਜੀ, ਇਸ ਕੁਜੀ ਦਾ ਧੂੰਆਂ। ਪੀਰੋ ਮੁਰਸ਼ਦ, ਹਾਂ ਤੁਹਾਡੇ ਮੁਰਸ਼ਦ ਕਿਹੜੇ ਸੀ? ਇਹ ਕੀ ਪੁੱਛ ਲਿਆ ਬੱਚਾ? ਇਹੀ ਪੁੱਛਿਆ ਵੀ ਤੁਹਾਡੇ ਮੁਰਸ਼ਦ ਕਿਹੜੇ ਸੀ? ਸਾਡੇ ਮੁਰਸ਼ਦ ਸਨ ਸਿੰਧ ਵਾਲੀ ਸਾਈਡ ਤੇ। ਟਰੱਕ ਚਲਾਉਂਦੇ ਸੀ? ਮੈਂ 40 ਸਾਲ ਜੰਗਲ ਦੇ ਵਿੱਚ ਡੇਰੇ ਲਾਏ ਸੀ ਮੰਤਰ ਸਿੱਖਣ ਵਾਸਤੇ। ਨਹੀਂ ਪੁੱਤ, ਮੇਰੇ ਕੋਲ ਨਾ ਇੱਕ ਚੋਰੀ ਹੋ ਗਈ ਸੀ, ਫਿਰ ਮੈਂ ਭੱਜਦਾ ਫਿਰਦਾ ਸੀ, ਪੁਲਿਸ ਮੈਨੂੰ ਲੱਭ ਰਹੀ ਸੀ, ਮੈਂ ਫਿਰ ਜੰਗਲ 'ਚ, ਉੱਥੋਂ ਮੈਨੂੰ ਫੈਜ਼ ਮਿਲਿਆ ਹੈ। ਅਤੇ ਇੱਦਾਂ ਕਹੋ ਨਾ ਚੋਰੀ ਸਿੱਖਣ ਵਾਸਤੇ। ਆ ਜਾ, ਕਿੱਥੇ ਆ ਤੂੰ? ਜਿੱਥੇ ਵੀ ਹੈ ਆ ਜਾ, ਸਾਨੂੰ ਨਜ਼ਰ ਆ ਰਿਹਾ, ਅਸੀਂ ਤੈਨੂੰ ਨਜ਼ਰ ਨਹੀਂ ਆ ਰਿਹਾ। ਫੜ ਜਾ, ਪਿੱਛੇ ਪਿੱਛੇ। ਬਾਬਾ ਜੀ ਕੀ ਆ? ਬੇਟਾ ਕਾਂ ਬੈਠਾ ਸਾਡੇ ਤੇ ਵੇਠ ਕਰ ਦੇਣੀ ਉਹਨੇ। ਬਹੁਤ ਬਿਠੇ ਮੂੰਹ ਬਾਬਾ ਜੀ ਤੁਹਾਡਾ। ਉਹ ਫਿਟੇ ਮੂੰਹ ਹੁੰਦਾ, ਬਿਠੇ ਮੂੰਹ ਨਹੀਂ। ਬਸ ਹੁਣ ਕਾਲੀ ਚੋਂ ਜੋ ਨਿਕਲੇ ਆ। ਇਹ ਐਮਾਜ਼ੋਨ ਦੇ ਜੰਗਲ ਲੱਗ ਰਹੇ ਨੇ ਇਸ ਵੇਲੇ ਮੈਨੂੰ। ਹਾਂਜੀ ਬਾਬਾ ਜੀ, ਹਰੇ ਭਰਿਆ ਜੰਗਲ, ਇੱਥੇ ਜਿੰਨਾਂ ਦੀਆਂ ਕਤਾਰਾਂ ਨੇ, ਲੇਕਿਨ ਅਸੀਂ ਕਿਸੇ ਜਿੰਨ ਨੂੰ ਨਹੀਂ ਫੜਨਾ, ਸਿਰਫ ਗੋਲਡਨ ਜਿੰਨ, ਗੋਲਡਨ ਜਿੰਨ। ਅੱਛਾ ਜੀ, ਸਰਾਫਾ ਬਾਜ਼ਾਰ 'ਚ ਸਾਰੀਆਂ ਮਾਰਕੀਟਾਂ ਆਪਣੀਆਂ ਹੋਣਗੀਆਂ। ਹਾਂ ਪੀਰੋ ਮੁਰਸ਼ਦ, ਇੱਕ ਵਾਅਦਾ ਮੇਰੇ ਨਾਲ ਕਰੋ। ਕੀ? ਜੋ ਗੋਲਡਨ ਜਿੰਨ ਫੜਨਾ ਨਾ, 1.5 ਤੋਲੇ ਦੀ ਮੈਨੂੰ ਅੰਗੂਠੀ ਬਣਾ ਕੇ ਦੇਣੀ ਹੈ। 1.5 ਤੋਲਾ? ਹਾਂਜੀ, ਮੈਂ ਤੈਨੂੰ 1.5 ਤੋਲੇ ਦੀ ਦਿਆਂਗਾ। ਜੀ ਮੈਂ ਤੁਹਾਡਾ ਬੜੀ ਦੇਰ ਦਾ ਮਰੀਜ਼ ਹਾਂ। ਮੈਂ ਤਾਂ ਤੈਨੂੰ ਉਦੋਂ ਹੀ ਕਹਿਤਾ ਸੀ ਚਲਾ ਜਾ, ਤੂੰ ਨਹੀਂ ਗਿਆ। ਹੁਣ ਆ ਰਿਹਾ, ਥੋੜ੍ਹੀ ਜਿਹੀ ਧੂਣੀ ਹੋਰ ਦੇਣੀ ਪੈਣੀ ਆ, ਲੱਗਦਾ ਅੱਜ ਧੂਣੀ ਦੇ ਵਿੱਚ ਸਾਡੀ ਅਸਰ ਨਹੀਂ ਹੈਗਾ। ਆ ਜਿੰਨਾ ਜਿੰਨਾ ਕੁ ਵੀ ਹੈ ਆ, ਪਰ ਇਹਨੂੰ ਕਰ
ਉਹ ਨਾ ਹੋਵੇ ਬਾਬਾ ਹੀ ਗਾਇਬ ਹੋ ਜਾਵੇ। ਜਿੰਨ ਲੇਟ ਕਿਉਂ ਆ ਕਿਤੇ ਸੌਦਾ ਲੈਣ ਤੇ ਨਹੀਂ ਗਿਆ ਕਿਤੇ? ਭਾਅ ਜੀ ਪਹਿਲੇ ਅਸੀਂ ਕਿਸ ਜੰਗਲ 'ਚ ਆਏ ਹਾਂ ਕਦੀ? ਮੈਂ ਪੁੱਤਰ ਹਰ ਜੰਗਲ ਦੇਖਿਆ। ਅੱਛਾ ਜੀ। ਪਰ ਇਹ ਮੈਂ ਪਹਿਲੀ ਵਾਰੀ ਵੇਖਿਆ। ਚੂਪ ਟਾਕ ਦਮ ਪਿਖਤ ਕੜਿੰਬਾ ਕੁਰਲ ਕੁਰਲ ਸ਼ਕ ਸ਼ਿੰਬਾ, ਹੋ ਸਾਡੇ ਕੋਲੋਂ ਗਲਤੀ ਹੋ ਗਈ ਆ, ਸਾਡੇ ਕੋਲੋਂ ਗਲਤੀ ਹੋ ਗਈ ਆ, ਕਹਿ ਸਾਡੇ ਕੋਲੋਂ ਗਲਤੀ ਹੋ ਗਈ ਆ। ਨਹੀਂ ਤਾਂ ਪਹਿਲਾਂ ਕਿਹਨੇ ਕਹਿਣਾ ਚੀਪ ਟਾਕ ਦਮ ਪੁਖਤ ਕੜਿੰਬਾ? ਤੁਸੀਂ ਕਿ ਮੈਂ ਤਾਂ ਤੁਹਾਡਾ ਚੇਲਾ ਵਾ। ਹਾਂ ਸੱਚ, ਤੈਨੂੰ ਹਜੇ ਇੰਨਾ ਕੀ ਆਉਂਦਾ, ਚਿਰਾਗ ਨਾ ਇੱਧਰ ਉੱਧਰ ਕਰਦਾ ਹੀ, ਇਹਦੇ ਰਗੜਨ ਨਾਲ ਹੀ ਜਿੰਨ ਨੇ ਇੱਥੇ ਆਉਣਾ ਹੀ। ਬਾਬਾ ਜੀ ਮੈਨੂੰ ਲੱਗਦਾ ਜਿੰਨ ਲੇਟਰ 'ਚ ਚਾਹ ਪਵਾ ਲਿਆ। ਮੈਂ ਕਹਿੰਦਾ ਕਿ ਜਿੰਨ ਹਾਜ਼ਰ ਕਿਉਂ ਨਹੀਂ ਹੋ ਰਿਹਾ ਜ਼ਰਾ ਰਗੜ ਚਿਰਾਗ ਨੂੰ। ਝਾਂਜਰ ਦੀ ਪਾਵਾਂ ਸ਼ਨਕਾਰ ਨੈਣਾ ਚੋਂ ਡੁੱਲਵਾ, ਸੱਜਣ ਨੇੜੇ ਆ ਆ ਆ, ਸੱਜਣ ਨੇੜੇ ਆ, ਕੋਈ ਗਾਣਾ ਰਹਿ ਤੇ ਨਹੀਂ ਗਿਆ। ਚੰਗੀ ਤਰ੍ਹਾਂ ਰਗੜ ਬੱਚਾ, ਇਹ ਆਪਣਾ ਹੀ ਚਿਰਾਗ ਆ ਕਿਸੇ ਦਾ ਵਾ। ਓ ਹੋ ਹੋ, ਮੈਂ ਸਮਝ ਗਿਆ। ਅੱਛਾ ਜੀ, ਇਹ ਜਿੰਨ ਹਾਜ਼ਰ ਕਿਉਂ ਨਹੀਂ ਹੋ ਰਿਹਾ? ਬਾਬਾ ਜੀ ਅਸਲ ਸਮਾਨ ਤੇ ਪਿਛਲੇ ਕਮਰੇ 'ਚ ਪਿਆ ਵਾ। ਉਹ ਜੰਗਲ 'ਚ ਕਿਹੜਾ ਕਮਰਾ ਹੁੰਦਾ ਬਾਬਾ ਜੀ? ਜਿੱਥੇ ਬੰਦਾ ਰਹਿੰਦਾ ਨਾ ਉਹ ਘਰ ਹੀ ਹੁੰਦਾ। ਓ ਹੋ 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 ਹੋ, ਅਸਲ ਚੀਜ਼ ਤਾਂ ਵਾਕਈ ਭੁੱਲ ਗਿਆ, ਫੜ ਕੇ ਲਿਆ। ਮੈਂ ਹੁਣੇ ਹੀ ਆਇਆ। ਦਿਲ ਦਾ ਮਾਮਲਾ ਹਾਏ ਦਿਲ ਬਰ ਆਹਾ ਹਾ, ਇਹ ਤੇ ਤੇਰੇ ਵਾਲਾਂ ਨੂੰ ਹੀ ਪੈ ਗਿਆ। ਛੱਡ ਛੱਡ ਇੱਥੋਂ, ਓ ਛੱਡ ਬਾਬਾ ਜੀ, ਦਮ ਪੜੋ, ਤਮੀਜ਼ ਲੈ। ਹੁਣ ਜਿੰਨ ਦਾ ਪਿਓ ਵੀ ਹਾਜ਼ਰ ਹੋਏਗਾ, ਰੇ ਲਿਆ ਤੁਸੀਂ ਰਗੜੋ। ਇੱਕ ਤਾਂ ਧੂਣੀ ਖਤਮ ਹੋ ਜਾਂਦੀ ਹੈ। ਚੀ ਪਟਾਕ ਦਮ ਪੁਖਤ ਕੜਿੰਬਾ ਉਰਲ ਉਰਲ ਸ਼ਕ ਸ਼ਿੰਬਾ, ਚੀ ਪਟਾਕ ਦਮ ਪੁਖਤ ਕੜਿੰਬਾ ਉਰਲ ਉਰਲ ਸ਼ਕ ਸ਼ਿੰਬਾ, ਸਾਡੇ ਕੋਲੋਂ ਗਲਤੀ ਹੋ ਗਈ ਆ, ਸਾਡੇ ਕੋਲੋਂ ਗਲਤੀ ਹੋ ਗਈ ਆ। ਇਹ ਮੰਤਰ ਪੜਿਆ, ਲਤੀਫਾ ਸੁਣਾਇਆ ਤੈਨੂੰ। ਬਾਬਾ ਜੀ ਤੁਸੀਂ ਤਾਂ ਇੰਨੀ ਜਲਦੀ ਮੰਤਰ ਪੜ੍ਹਤਾ, ਮੈਨੂੰ ਤਾਂ ਜੁੱਤੀ ਵੀ ਨਹੀਂ ਪਾਉਣ ਦਿੱਤੀ, ਮੈਨੂੰ ਨੰਗੇ ਪੈਰੀ ਆਉਣਾ ਪਿਆ। ਦਿੱਤੀ ਤੂੰ ਵਲੀਮੇ ਤੇ ਆਇਆ, ਉਹ ਜਿੰਨ ਕਿਹੜਾ ਜੁੱਤੀ ਪਾਉਂਦਾ? ਤੈਨੂੰ ਅਸੀਂ ਦੱਸਾਂਗੇ, ਹੁਣ ਤੂੰ ਸਾਡੇ ਕਬਜ਼ੇ 'ਚ ਹੈ। ਕਿੱਥੇ ਸੀ ਤੂੰ ਗੋਲਡਨ ਜਿੰਨ? ਮੈਂ ਕੈਨੇਡਾ ਗਿਆ ਹੋਇਆ ਸੀ ਬਾਬਾ ਜੀ। ਬਸ ਅੱਜ ਤੋਂ ਬਾਅਦ ਤੂੰ ਸਾਡੇ ਕਾਬੂ 'ਚ ਹੈ। ਤੈਨੂੰ ਮੈਂ ਦੱਸ ਦੇਵਾਂ, ਚੁੱਪ ਕਰਕੇ ਇਸ ਬੋਤਲ 'ਚ ਵੜ ਜਾ। ਉਹ ਯਾਰ ਬਾਬਾ ਜੀ ਨਹੀਂ, ਬੋਤਲ 'ਚ ਵੰਡਣਾ ਵਾ। ਅੱਗੇ ਨਾ ਇੱਕ ਬਾਬਾ ਸੀ, ਉਹਨੇ ਮੈਨੂੰ ਬੋਤਲ 'ਚ ਰੱਖਿਆ ਸੀ, ਮੈਨੂੰ ਨਾ ਦਮੇ ਦਾ ਮਸਲਾ ਬਣ ਗਿਆ। ਉਹ ਬੋਤਲ ਧੋਤੀ ਨਹੀਂ ਹੋਣੀ? ਨਹੀਂ ਯਾਰ, ਤੁਸੀਂ ਜੇ ਬੁਲਾ ਹੀ ਲਿਆ ਵਾ, ਜ਼ਰੂਰ ਤੁਸੀਂ ਬੋਤਲ 'ਚ ਰੱਖਣਾ ਮੈਨੂੰ। ਮੈਂ ਵਿੱਚ ਸਰਾਹ ਕਰ ਦਿਆਂਗਾ, ਤੈਨੂੰ ਸਾਹ ਆਉਂਦਾ ਰਹੇਗਾ। ਨਾ ਹੀ ਬੋਤਲ 'ਚ ਰੱਖੋ, ਕੋਈ ਹੋਰ ਸ਼ੈ ਹੈ ਨਹੀਂ ਤੁਹਾਡੇ ਕੋਲ? ਹੋਰ ਤੈਨੂੰ ਮੈਂ ਹੁਣ ਪੀ ਸੀ 'ਚ ਕਮਰਾ ਕਰਵਾ ਦਿਆਂ। ਜਿੰਨਾ ਮਰਜ਼ੀ ਹੁਣ ਤੂੰ ਹੱਸ ਲੈ, ਚੀਪ ਟਾਕ ਦਮ ਪੁਖਤ ਕੜਿੰਬਾ ਉਰਲ ਹੁਰਲ ਸ਼ਕ ਸ਼ਿੰਬਾ, ਮੇਰੇ ਆਉਣ 'ਤੇ ਖੜਾਕ ਬੜੇ ਹੋਣਗੇ, ਮਜ਼ੇ 'ਤੇ ਮਜ਼ਾ ਹੁਣ ਆਉਣਗੇ। ਡੈਡੀ ਇੱਧਰ ਆ ਜਾ, ਅਸੀਂ ਬੜੇ ਬੜੇ ਜਿੰਨ ਕਾਬੂ ਕੀਤੇ ਨੇ, ਲੇਕਿਨ ਤੇਰੀ ਖਾਤਰ ਮੈਂ ਬਹੁਤ ਖੱਜਲ ਹੋਇਆ। ਹੁਣ ਤੂੰ ਬੋਤਲ 'ਚ ਵੜੇਗਾ ਜੀ, ਜੁੱਥੀਆਂ ਮਾਰ ਕੇ ਤੈਨੂੰ ਅੰਦਰ ਕਰਾਂ। ਓ ਯਾਰ ਬਾਬਾ ਜੀ ਕੋਈ ਖੁਦਾ ਦਾ ਖੌਫ ਕਰੋ ਯਾਰ, ਜਿੱਥੇ ਅਸੀਂ ਜਾਂਦੇ ਹਾਂ ਤੁਸੀਂ ਉੱਥੇ ਮਗਰ ਆ, ਸਾਨੂੰ ਟਿਕਣ ਤਾਂ ਦਵੋ। ਕਿਉਂ? ਅਸੀਂ ਚੰਗੇ ਭਲੇ ਨਾ ਲੇਕ ਸਿਟੀ ਰਹਿੰਦੇ ਸੀ, ਬੱਚੇ ਸਾਡੇ ਉਹਨਾਂ ਨੇ ਦਰਖਤ ਵੱਢੇ, ਸਾਰੇ ਥੱਲੇ ਡਿੱਗ ਪਏ। ਕਰੀਏ ਹੁਣ ਅਸੀਂ ਕਿਹੜੇ ਪਾਸੇ ਚੱਲੀਏ? ਤੇਰੇ ਬੱਚੇ ਸੀ ਜਾਮ ਨੂੰ ਸੀ ਥੱਲੇ ਡਿੱਗ ਪਏ। ਨਹੀਂ ਯਾਰ, ਕਿਸੇ ਪਾਸੇ ਤਾਂ ਸਾਨੂੰ ਜੀਣ ਦਵੋ ਨਾ, ਸਾਡਾ ਇੱਕ ਆਪਣਾ ਇਲਾਕਾ ਵਾ, ਆਪਣੀ ਦੁਨੀਆ ਵਾ। ਬਾਬਾ ਜੀ ਅਸੀਂ ਉੱਥੋਂ ਸ਼ਿਫਟ ਹੋਏ ਹਾਂ, ਤੁਹਾਨੂੰ ਪਤਾ ਸ਼ਿਫਟਿੰਗ ਕਰਨਾ ਕਿੰਨਾ ਔਖਾ ਕੰਮ ਆ, ਇੱਕ ਇੱਕ ਸ਼ੈ ਜਿਹੜੀ ਆ ਘਰ ਦੀ ਚੁੱਕਣੀ ਪੈਂਦੀ ਆ। ਉਹ ਤੁਸੀਂ ਜਿੰਨੋ, ਤੁਹਾਨੂੰ ਕਾਹਦੀ ਮੁਸ਼ਕਿਲ ਆ ਯਾਰ? ਮੁਸ਼ਕਿਲ ਤਾਂ ਹੈ ਵੀ, ਫਿਰ ਵੀ ਘਰ ਦਾ ਸਮਾਨ, ਇੱਕ ਇੱਕ ਵਾਸ਼ਿੰਗ ਮਸ਼ੀਨ ਲੈਦਾ, ਸਪਿਨਰ ਲੈਦਾ,
ਹਰ ਸ਼ੈ ਜਿਹੜੀ ਘਰ ਦੀ ਆ ਸ਼ੋਕੇਸ ਫਰਨੀਚਰ ਹਰ ਇੱਕ ਜਗ੍ਹਾ ਤੇ ਦੂਸਰੀ ਜਗ੍ਹਾ ਲਿਜਾਣਾ ਪਤਾ ਕਿੰਨਾ ਔਖਾ ਬਣਦਾ। ਇਹ ਤੇਰੇ ਸਹੁਰਿਆਂ ਨੇ ਤੈਨੂੰ ਇੰਨਾ ਸਮਾਨ ਦੇ ਦਿੱਤਾ ਸੀ। ਆ ਜਿਹੜੇ ਇੱਥੇ ਡੈਡੀ ਇੱਧਰ ਆ ਜਾ, ਇੱਧਰ ਆ ਜਾ, ਇਹ ਫਿਰ ਨਾ ਨਿਕਲ ਜਾਏ। ਉੱਥੋਂ ਸ਼ਿਫਟ ਹੋ ਕੇ ਤੁਸੀਂ ਕਿੱਥੇ ਗਏ ਸੀ? ਦੰਦ ਨਾ ਕੱਢੀ ਜਾ, ਜਿਹੜੀ ਗੱਲ ਪੁੱਛੀ ਉਹ ਦੱਸ। ਇੰਨਾ ਕੁ ਤਾਂ ਕਰਨ ਦਵੋ ਸਾਨੂੰ, ਇੰਨਾ ਕੁ ਤਾਂ ਅਸੀਂ ਕਰਦੇ ਹੀ ਹਾਂ। ਹੁਣ ਤੁਸੀਂ ਹਰ ਗੱਲ ਤੇ ਹੱਸੀ ਜਾਂਦਾ ਤੁਸੀਂ। ਨਹੀਂ ਹੁਣ ਤੁਸੀਂ ਕੈਲ ਕਰਨੇ ਦਾ ਮਤਲਬ ਆ ਵੀ ਮੈਂ ਹੱਸਾਂ ਵੀ ਨਾ ਤੇ ਹੱਸਣਾ ਸਾਡੇ ਨਾਲ ਜਾਏਗਾ, ਸਾਰੀ ਜ਼ਿੰਦਗੀ ਹੱਸੇਗਾ ਤੂੰ। ਉਹ ਭਾਈ ਕਿੱਥੇ ਹਾਸਾ ਆਉਂਦਾ ਵਾ, ਲੇਕ ਸਿਟੀ ਤੋਂ ਨਾ ਅਸੀਂ ਸ਼ਿਫਟ ਹੋ ਕੇ ਅੱਜ ਇੱਥੇ ਦੰਦ ਤੇ ਨਜ਼ਰ ਹੀ ਨਹੀਂ, ਹਵਾਈ ਜਹਾਜ਼ ਦਾ ਅੱਡਾ ਬਣਿਆ ਵਾ, ਏਅਰਪੋਰਟ ਬਣਿਆ ਨਾ ਏਅਰਪੋਰਟ। ਇੱਥੇ ਦਰਖਤ ਹੁੰਦੇ ਸੀ? ਹੁੰਦੇ ਸੀ। ਇੱਥੇ ਜੰਗਲ ਹੈ ਸੀ। ਅਸੀਂ ਉੱਥੇ ਰੈਸ਼ ਸੀ ਸਾਡੀ, ਅੱਜ ਇੱਥੋਂ ਜਹਾਜ਼ ਨਹੀਂ ਇੰਜ ਕਰਕੇ ਰਨਵੇ ਤੋਂ ਤਾਂ ਚੜ੍ਹਦਾ। ਹਾਂ ਹਾਂ, ਮੇਰਾ ਨਾਨਾ ਉੱਤੋਂ ਤਾਂ ਚੜ੍ਹਦਾ ਹੁੰਦਾ ਸੀ ਐਂ ਕਰਕੇ। ਤੇਰਾ ਨਾਨਾ PIA ਸੀਗਾ ਯਾਰ? ਸਾਡੇ ਹੁੰਦੇ ਆ ਨਾ ਜਿੰਨ, ਫਿਰ ਇੱਦਾਂ ਹੀ ਚੜ੍ਹਦੇ ਆ। ਉਹ ਇਲਾਕਾ ਸਾਰਾ ਵੱਢਤਾ, ਬੁਰੇ ਹਾਲ ਕਰਤਾ, ਅਸੀਂ ਸ਼ਿਫਟਿੰਗ ਕਰ ਕਰਕੇ ਅੱਕੇ ਪਏ। ਤੁਹਾਨੂੰ ਪਤਾ ਹਮਲਾ ਆ ਗਿਆ PIA ਦਾ, ਸਾਨੂੰ ਉੱਥੋਂ ਇੱਕ ਇੱਕ ਸ਼ੈ ਚੁੱਕ ਕੇ ਫਿਰ ਅੱਗੇ ਜਾਣਾ ਪਿਆ। ਫਿਰ ਕਿੱਥੇ ਚਲੇ ਗਏ? ਫਿਰ ਅਸੀਂ ਫੇਜ਼ 5 ਚ ਆ ਗਏ। ਅੱਛਾ ਭਾਈ, ਤੁਹਾਨੂੰ ਪਤਾ ਫੇਜ਼ 5 ਚ ਹੁੰਦੇ ਸੀ ਨਾ ਦਰਖਤ? ਹੁੰਦੇ ਸੀ, ਜੰਗਲ ਹੁੰਦਾ ਸੀ, ਜੰਗਲ। ਹਾਂ, ਇਸ ਗੱਲ ਦੀ ਤਾਂ ਮੁਨਸਿਫੀ ਪਾਓ ਨਾ। ਹਾਂ, ਹੁੰਦੇ ਸੀ, ਅਸੀਂ ਮੰਨਦੇ ਹਾਂ ਸਾਰੇ। ਅਸੀਂ ਨਾ ਭੈਣ ਭਰਾ ਉਸ ਜਗ੍ਹਾ ਤੇ ਅਸੀਂ ਕਿਹਾ ਵੀ ਚਲੋ ਹੁਣ ਇੱਥੋਂ ਸਾਨੂੰ ਕੋਈ ਨਹੀਂ ਹਿਲਾਉਂਦਾ। ਕਿਹੜੇ ਫੇਜ਼ 'ਚ ਸੀ ਤੁਸੀਂ? ਫੇਜ਼ 5 'ਚ। ਤਦੇ ਉੱਥੇ ਰਾਤ ਨੂੰ ਡਰ ਲੱਗਦਾ ਲੋਕਾਂ ਨੂੰ? ਉਹ ਭਾਈ ਡਰ ਲੱਗਦਾ ਵਾ, ਪਤਾ ਕੀ, ਅਸੀਂ ਭਾਈ 10 ਭਰਾ ਵਾਂ, 14 ਭੈਣਾਂ ਵਾਂ, ਅਸੀਂ ਉੱਥੇ ਨਾ ਫਿਰ ਰਹਿਸ਼ ਉੱਥੇ ਕਰ। ਇਸ ਤਰ੍ਹਾਂ ਹੀ ਦੁਨੀਆ ਆਬਾਦ ਹੁੰਦੀ ਆ, ਫਿਰ ਜਾਣਾ ਪੈਂਦਾ ਕਿਤੇ। ਤੁਸੀਂ ਕਿਸੇ ਨੂੰ ਕੁਛ ਨਾ ਕਹੋ, ਅਸੀਂ ਵੀ ਤੁਹਾਨੂੰ ਕੁਛ ਨਹੀਂ ਕਹਿੰਦੇ। ਨਹੀਂ ਕੁਛ ਤਾਂ ਤੁਸੀਂ ਹੁਣ ਦੇਖੋ ਨਾ, ਅਸੀਂ ਸਕੂਨ ਨਾਲ ਉੱਥੇ ਰਹਿ ਰਹੇ ਸੀ, ਤੁਸੀਂ ਕਿੱਡੀ ਦੂਰੋਂ ਆ ਕੇ ਮੈਨੂੰ ਮੰਤਰ ਪੜ੍ਹ ਕੇ ਬੁਲਾ ਲਿਆ ਵਾ। ਕੋਈ ਹੈ ਕੋਈ ਬੰਦੇ ਵਾਲੀ ਤੁਹਾਡੀ ਗੱਲ? ਲੋਕ ਇੱਦਾਂ ਹੀ ਕੈਦ ਕਰਦੇ ਆ। ਅਸੀਂ ਆਪਣੇ ਗੁਰੂਆਂ ਕੋਲੋਂ ਜੋ ਸਿੱਖਿਆ, ਉਹਨੇ ਕਿਹਾ ਸੀ ਗੋਲਡਨ ਜੇਨ ਨੂੰ ਕਾਬੂ ਕਰ ਲਾ, ਤੇਰੇ ਹਾਲਾਤ ਬਦਲ ਜਾਣਗੇ। ਆ ਸਿੰਘ ਸੁੰਘ ਕਾਹਦੇ ਕੋ, ਤੂੰ ਮੱਝਾਂ ਨਾਲ ਲੜਦਾ ਤੂੰ, ਜਾਂ 5 ਕਿਲੋ ਦੁੱਧ ਦੇਣਾ ਤੂੰ, ਆ ਦਸਤਾਨੇ ਵੀ ਪਾਏ ਆ, ਉਹ ਤੂੰ ਜਿੰਨਾ ਦਾ ਵਿਕਟ ਕੀਪਰ ਆ, ਜਾਂ ਕਿਹੜਾ ਕੈਮੀਕਲ ਬਣਾਉਣਾ ਕੋਈ ਲੈਬਾਰਟਰੀ 'ਚ ਲੱਗਾ ਤੂੰ। ਦਰਖਤਾਂ ਤੋਂ ਭਾਈ ਆਈਦਾ ਨਾ ਵਿੱਚੋਂ ਦੀ, ਫਿਰ ਕੰਡੇ ਕੁੰਡੇ ਹੁੰਦੇ ਆ ਹੱਥ 'ਤੇ ਲੱਗਦੇ ਆ, ਇਸ ਕਰਕੇ ਫਿਰ ਆ ਦਸਤਾਨੇ ਪਾਏ। ਯਾਰ ਇਹ ਨਾਜ਼ੁਕ ਜੀਅ ਨਹੀਂ ਲੱਗਦਾ ਮੈਨੂੰ ਤੇ? ਬਾਬਾ ਜੀ ਮੈਂ ਨਾ ਤੁਹਾਡੇ ਕੋਲ ਰਹਿ ਲੈਂਦਾ, ਮੈਨੂੰ ਇਤਰਾਜ਼ ਕੋਈ ਨਹੀਂ ਗਾ। ਤੁਸੀਂ ਮੰਤਰ ਪੜ੍ਹ ਲਿਆ, ਬੋਤਲ ਬਾਤਲ 'ਚ ਨਾ ਰੱਖਿਓ। ਕਿਉਂ? ਜਿਹੜੇ ਅੱਗੇ ਵੀ ਮੈਂ ਇੱਕ ਬਾਬੇ ਕੋਲ ਪਹਿਲਾਂ ਨਾ, ਉਹਨੇ ਮੈਨੂੰ ਮੰਤਰ ਪੜ੍ਹ ਕੇ ਕਾਬੂ ਕੀਤਾ ਸੀ ਭਾਜੀ, ਉਹ ਜ਼ਲੀਲ ਕੀਤਾ ਉਹਨੇ। ਆ ਲੋਕਾਂ ਕੋਲੋਂ ਨਾ ਬੇਵਕੂਫ ਲੋਕ ਜਿਹੜੇ ਬਾਬਿਆਂ ਤੋਂ ਜਾਂਦੇ, ਜਾਲੀ ਬਾਬਿਆਂ ਤੋਂ, ਉਹ ਲੋਕਾਂ ਦੇ ਕੋਲੋਂ ਉਹਨੇ ਕੜਾਹੀਆਂ ਲੈਣੀਆਂ ਹੈਂ, ਤੇ ਮੈਨੂੰ ਕਹਿਣਾ ਜਾ ਗੋਗੇ ਉੱਥੋਂ ਇੱਕ ਚਨਿਆਂ ਦੀ ਪਲੇਟ ਲੈ ਕੇ ਤੇ ਰੋਟੀ ਖਾ ਲੈ। ਯਾਰ ਕੋਈ ਕੰਮ ਗੱਲ ਕਰਨ ਵਾਲੀ ਹੈ? ਕੀ ਨਾਂ ਕੀ ਤੇਰਾ? ਮੇਰਾ ਨਾਂ ਗੋਗਾ ਭਾਈ, ਪੂਰਾ ਨਾਮ ਆ ਗੋਲਡਨ ਗੋਗਾ ਜੈਨ। ਗੋਲਡਨ ਗੋਗਾ ਜੈਨ, ਹਾਂਜੀ। ਬਸ ਤੂੰ ਅੱਜ ਤੋਂ ਬਾਅਦ ਸਾਡੇ ਨਾਲ ਰਹੇਗਾ, ਅਸੀਂ ਤੈਨੂੰ ਅਛਾਈ ਦੇ ਕੰਮ ਕਰਾਵਾਂਗੇ। ਤੂੰ ਪਾਕਿਸਤਾਨ ਲਈ ਕੁਛ ਨਾ ਕੁਛ ਕਰਨਾ, ਡਾਲਰ ਥੱਲੇ ਲਿਆਉਣਾ। ਫਿਰ ਮੈਂ ਇਹ ਭਾਜੀ ਡਾਲਰ ਮੇਰੇ ਕੋਲ ਨਹੀਂ ਲਿਆਇਆ ਜਾਣਾ, ਬੜਾ ਔਖਾ ਕੰਮ। ਤੂੰ ਜੈਨ ਨਹੀਂ? ਨਹੀਂ ਜੈਨ, ਮਹਿੰਗਾਈ ਘੱਟ ਕਰਨੀ ਆ, ਗਰੀਬਾਂ ਦੇ ਕੰਮ ਆਉਣਾ, ਮਸਕੀਨਾਂ ਦੇ ਕੰਮ ਆਉਣਾ। ਇਹ ਵੇਖ ਬੇ, ਇਹ ਵਜ਼ੀਰ ਆਲਾ ਬਾਜੀ ਮਰੀਅਮ ਨੇ ਰੋਟੀ 16 ਰੁਪਏ ਦੀ ਕਰ ਦਿੱਤੀ ਆ, ਜਿਹੜਾ ਮਹਿੰਗੀ ਵੇਚੇ ਤੁਸੀਂ ਬਾਜੀ ਨੂੰ ਸ਼ਿਕਾਇਤ ਕਰਨੀ ਆ। ਹੁਣ ਅੰਦਰ ਪਿਛਲਿਆਂ ਕਮਰਿਆਂ 'ਚ ਹੋਟਲ ਬਣਾਇਆ, ਮੈਂ ਹੁਣ ਕਿੱਦਾਂ ਉੱਥੇ ਤੰਦੂਰਾਂ 'ਚ ਜਾਂਦਾ ਫਿਰਾਂ? ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਤੈਨੂੰ। ਨਹੀਂ ਤਾਂ ਤੂੰ ਕੀ ਜਿੰਨ ਨਹੀਂ, ਤੂੰ ਪਿਛਲੇ ਕਮਰੇ 'ਚ ਨਹੀਂ ਜਾ ਸਕਦਾ? ਉਹ ਭਾਈ ਤੂੰ ਤਾਂ ਜਿੱਥੇ ਮਰਜ਼ੀ ਜਾ ਸਕਦਾ। ਉਹ ਬਾਬਾ ਜੀ ਸੇਕ ਬੜਾ ਹੁੰਦਾ ਤੰਦੂਰ ਦਾ, ਉਹ ਨਹੀਂ ਜਾਇਆ ਜਾਂਦਾ ਅੰਦਰ। ਬਾਬਾ ਜੀ ਤੁਸੀਂ ਨਾ ਫੜ ਲਿਆ ਵਾ, ਲੇਕਿਨ ਮੇਰੇ ਨਾ ਉਹ ਨਾ ਕਰਿਓ ਜਿਹੜੀ ਮੇਰੇ ਪਿਛਲੇ ਬਾਬੇ ਨੇ ਕੀਤੀ। ਨਹੀਂ ਉਹ ਨਹੀਂ ਕਰਦੇ ਬਾਬੇ। ਜਿਹੜਾ ਵੀ ਮਰੀਜ਼ ਆਉਂਦਾ ਸੀ ਨਾ, ਉਹ ਕਹਿੰਦਾ ਜਾ ਗੋਗੇ ਯਾਰ 2 ਚਾਵਾਂ ਫੜ ਲਿਆ ਭੱਜ ਕੇ ਜਾ ਕੇ। ਉਹ ਚਾਲੇ ਦੇ ਸੀ, ਪੈਸੇ ਨਹੀਂ ਸੀ ਦਿੱਤੇ। ਉਹ ਜਾਂਦਿਆਂ ਪਹਿਲਾਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਸੀ ਉਹ ਬਾਬੇ ਦਾ। ਮਤਲਬ ਕਿ ਬਾਬਾ ਚਾਹ ਦਾ ਵੀ ਕਹਿ ਦਿੰਦਾ ਸੀ ਯਾਰ? ਚਾਹ ਦਾ ਮੈਂ ਕਿਹਾ ਨਾ, ਉਹ ਕਹਿੰਦਾ ਪਹਿਲਾਂ ਭਾਂਡੇ ਧੋ। ਮੈਂ ਭਾਂਡੇ ਧੋਣੇ ਥੱਲੇ,
ਆ ਉੱਤੋਂ ਮੇਰੇ ਮਸੇਰਾਂ ਨੇ ਨਾ ਨੰਘਣਾ ਜਿੰਨਾ ਨੇ, ਉਹਨਾਂ ਨੇ ਕਹਿਣਾ ਲਾਨਤ ਗੋਗਿਆ ਤੇਰੇ ਤੇ ਉਹ ਇਸੇ ਲਾਇਕ ਆ। ਅਸੀਂ ਤੇਰੇ ਕੋਲ ਭਾਂਡੇ ਨਹੀਂ ਧੁਆਵਾਂਗੇ, ਅਸੀਂ ਤੇਰੇ ਕੋਲ ਅੱਛੇ ਕੰਮ ਕਰਾਵਾਂਗਾ। ਆ ਜਿਹੜੇ ਲੋਕ ਇਸ਼ਾਰੇ 'ਤੇ ਨਹੀਂ ਰੁਕਦੇ ਉਹਨਾਂ ਦੇ ਮੋਟਰਸਾਈਕਲ ਤੂੰ ਇੰਜ ਕਰਕੇ ਫੜ ਲੈਣੇ ਅੱਗੋ। ਯਾਰ ਮੈਂ ਇਸ਼ਾਰਾ ਕਰਕੇ ਕਿਸੇ ਕੋਲ ਮਾਰ ਖਾਣੀ ਆ? ਮੈਂ ਕਿੱਦਾਂ ਉਹਨਾਂ ਨੂੰ ਰੋਕਾਂ ਇੰਜ? ਤੂੰ ਜਿੰਨਾ ਯਾਰ ਮੈਂ ਜਿੰਨਾ ਚੰਗਾ ਹੋਇਆ ਯਾਰ ਮੈਨੂੰ ਚੇਤਾ ਕਰਾਤਾ, ਹੁਣ ਇਹਦੇ ਜ਼ਿਹਨ 'ਚ ਆਇਆ ਮੈਂ ਜਿੰਨਾ। ਚਲੋ ਬਾਬਾ ਜੀ ਤੁਸੀਂ ਹੁਣ ਬੁਲਾ ਲਿਆ ਵਾ ਤੇ ਫਿਰੋ ਤੁਰੋ, ਕੋਈ ਨਹੀਂ ਆ ਜੰਗਲ ਸਾਡਾ ਹੀ ਆ ਉਰੇ ਪਰੇ ਸਾਡਾ। ਤੂੰ ਮਾਲੀ ਆ? ਨਹੀਂ ਨਹੀਂ ਮਾਲੀ ਨਹੀਂ, ਆਹ ਦਰਖਤ ਜਿਹੜਾ ਵਾ ਇਹ ਮੇਰੇ ਕਜ਼ਨ ਦਾ ਵਾ। ਇਹਦੇ 'ਤੇ ਰਹਿੰਦੇ ਹੋ? ਆਹੋ ਇੱਥੇ ਉਹ ਰਹਿੰਦੇ ਆ। ਤੇ ਹੁਣ ਕਿੱਥੇ ਗਏ ਆ? ਉਹ ਕਿਤੇ ਗਏ ਹੋਣੇ ਆ, ਹਾਫ ਟਾਈਮ ਹੋਇਆ ਨਾ, ਲੰਚ ਟਾਈਮ ਹੋਇਆ ਕਿਤੇ ਗਏ। ਉਹ ਜਿਹੜਾ ਦਰਖਤ ਆ ਤੇ ਮੇਰੇ ਕਜ਼ਨ ਦਾ ਵਾ, ਇਹਨਾਂ ਨਾਲ ਸਾਡੀ ਨਾ ਬੋਲ ਚਾਲ ਹੈ ਨਹੀਂ। ਕਿਉਂ ਕੀ ਹੋਇਆ? ਉਹਨਾਂ ਕੁੜੀ ਦਾ ਰਿਸ਼ਤਾ ਕਿਤੇ ਉਹਨਾਂ ਨੇ ਕਰਨਾ ਸੀ, ਅਸੀਂ ਕਿਹਾ ਮੁੰਡਾ ਨਾ ਕੰਮ ਨਹੀਂ ਕਰਦਾ। ਕਿਆ ਵੀ ਉਹ ਛੱਡਿਆ ਰਿਸ਼ਤਾ? ਉਹ ਭਾਈ ਉਹਨੂੰ ਨਾ ਰਸ਼ ਦੇ ਵਿੱਚ ਚਲੇ ਜਾਂਦਾ ਸੀ, ਮੁੜ ਕੇ ਉਹਨੂੰ ਗਾਇਬ ਹੀ ਨਹੀਂ ਸੀ ਹੋਣਾ ਆਉਂਦਾ। ਇਹ ਤਾਂ ਫਿਰ ਗੱਲ, ਮੈਂ ਕਿਹਾ ਯਾਰ ਕੰਮ ਤਾਂ ਬੰਦੇ ਨੂੰ ਆਵੇ ਨਾ ਪੂਰਾ, ਤੁਰੇ ਚੱਲਦੇ ਆ। ਦਰਖਤ ਕੰਡੇ ਆ? ਆ ਕੰਡੇ ਆ ਦਰਖਤ ਭਾਜੀ। ਕਬੀਲਦਾਰੀ ਜਿਹੜੀ ਆ ਨਾ ਉਹ ਤੁਹਾਨੂੰ ਪਤਾ ਵਾ ਕਿੰਨੀ ਔਖੀ ਆ। ਪੈਟਰੋਲ ਕਿੱਥੇ ਚਲਾ ਗਿਆ, ਰੋਟੀ ਕਿੰਨੀ ਮਹਿੰਗੀ ਹੋ ਗਈ, ਤਲਾਲਾ ਨਾਂ ਹੀ ਨਹੀਂ ਜਿਹੜਾ ਉਹ ਬਾਰੇ 'ਚ ਹੈਗਾ ਸਾਨੂੰ। ਯਾਰ ਸਸਤੇ ਕੀਤੇ ਤਾਂ ਹੈਗੇ, ਨਾਲੇ ਤੂੰ ਜਿੰਨ ਨਾ, ਤੈਨੂੰ ਕੀ ਇਹਨਾਂ ਚੀਜ਼ਾਂ ਨਾਲ? ਉਹ ਭਾਜੀ ਜਿੰਨ ਦੀ ਗੱਲ ਨਹੀਂ ਹੁੰਦੀ, ਖੁਰਾਕ ਤਾਂ ਅਸੀਂ ਵੀ ਖਾਣੀ ਆ ਨਾ, ਅਸੀਂ ਦੁਨੀਆਂ 'ਚੋਂ ਖਾਂਦੇ ਹਾਂ। ਆ ਜਿਹੜਾ ਤੁਸੀਂ ਡਸਟਬੀਨਾਂ ਦੇ ਵਿੱਚ ਗੋਸ਼ਤ ਸੁੱਟ ਦਿੰਦੇ ਹੋ, ਇਹ ਬਿਲਕੁਲ ਜਿਹੜੇ ਭੁੱਖੇ ਬੰਦੇ ਆ ਹੱਡੀ ਚਬਾ ਕੇ ਬਾਹਰ ਸੁੱਟ ਦੇ, ਭਾਜੀ ਥੋੜ੍ਹਾ ਬਹੁਤਾ ਗੋਸ਼ਤ ਉਹਨਾਂ ਨਾਲ ਹੋਵੇ, ਲੱਗਾ ਹੋਣਾ ਚਾਹੀਦਾ, ਉਹ ਅਸੀਂ ਖਾਂਦੇ ਹਾਂ। ਵੱਡੇ ਵੱਡੇ ਹੋਟਲਾਂ 'ਤੇ ਜਾਂਦੇ ਹੋ ਹੈਂ, ਖਾਣਾ ਤੁਸੀਂ ਚਾਰ ਬੰਦਿਆਂ ਦਾ ਕਿਹਾ ਉਹ ਵੱਧ ਗਿਆ, ਫਿਰ ਕਹਿੰਦੇ ਜੀ ਆ ਭਾਈ ਆ ਪੈਕ ਕਰ ਦਿਓ। ਉਹ ਪੈਕ ਕਿਉਂ ਕਰਾਉਂਦੇ ਹਾਂ? ਅਸੀਂ ਕਿੱਥੇ ਜਾਣਾ, ਅਸੀਂ ਕਿੱਥੇ ਜਾਣਾ, ਉਹ ਸਾਡੀ ਖੁਰਾਕ ਆ। ਜਿਹੜੀਆਂ ਕੜਾਹੀਆਂ ਜਿਹੜੇ ਲੈਂਦੇ ਨੇ ਬਾਬੇ, ਜਿਹੜੇ ਕੜਾਹੀਆਂ ਲੈਂਦੇ ਆ, ਪੂਰਾ ਪੂਰਾ ਬੱਕਰਾ ਲੈਂਦੇ ਆ, ਜਾਂ ਸਦਕੇ ਦੇ ਜਿਹੜੇ ਕਾਲੇ ਬੱਕਰੇ, ਉਹ ਕਿੱਧਰ ਜਾਂਦੇ? ਤੁਹਾਨੂੰ ਹੀ ਆਉਂਦੇ ਆ? ਉਹ ਭਾਈ ਸਾਨੂੰ ਕਿੱਥੇ ਆਉਂਦੇ ਆ, ਆਪੇ ਘਰ ਪੱਕਦੇ ਆ, ਉਹ ਗੱਲ ਹੀ ਆ ਵੈਸੇ ਐਵੇਂ ਕੜਾਹੀ ਕੜੂਈ ਦੀ। ਬਸ ਤੂੰ ਜਿੰਨ ਹੈਂ ਬੱਕਰਾ ਤੈਨੂੰ ਨਹੀਂ ਦਿੰਦੇ? ਉਹ ਯਾਰ ਮੈਂ ਚਰਾਉਣਾ ਬੱਕਰੇ ਨੂੰ ਜਾਂ ਮੈਂ ਉਹਦੇ ਗਾਨੀ ਪਾਉਣੀ ਆ? ਉਹ ਆਪ ਹਲਾਲ ਕਰਕੇ ਬਾਬੇ ਆਪ ਖਾ ਲੈਂਦੇ ਆ। ਚੱਲ ਆ ਤੁਰਿਆ ਤੁਰਿਆ। ਓਏ ਇੱਕ ਮਿੰਟ, ਹਾਂਜੀ ਕੀ ਹੋਇਆ? ਉਹ ਤੂੰ ਜਿੰਨ ਹੋ ਕੇ ਤਵੀਤ ਪਾਇਆ, ਇਹ ਕੀ ਚੱਕਰ? ਹਾਂਜੀ ਇਹ ਕੀ ਚੱਕਰ ਆ? ਉਹ ਭਾਜੀ ਪਤਾ ਕੀ ਆ, ਜਦੋਂ ਮੈਂ ਰਾਤ ਨੂੰ ਸੌਂਦਾ ਨਾ ਤੇ ਮੈਨੂੰ ਇੰਜ ਲੱਗਦਾ ਜਿਵੇਂ ਨਾ ਮੇਰੇ ਕਿਤੇ ਨਾ ਦਬਾ ਜਿਹਾ ਪਿਆ, ਮੇਰਾ ਕੋਈ ਸਾਹ ਘੁੱਟਦਾ ਵਾ, ਫਿਰ ਨਾ ਡਰ ਜਿਹਾ ਲੱਗਦਾ ਮੈਨੂੰ ਉਹਦਾ, ਮੈਂ ਤਵੀਤ ਕਰਾਇਆ ਹੋਇਆ। ਹਾਲਾਂ ਤੇਰੇ 'ਤੇ ਨਾ ਕੋਈ ਜਿੰਨ ਆਸ਼ਕ ਹੋ ਗਿਆ, ਜਿੰਨ ਨਹੀਂ ਉਹ ਦਬਾ ਜਿਹਾ ਪੈਂਦਾ ਨਾ, ਫਿਰ ਉਹ ਮੈਂ ਤਵੀਤ ਕਰਾਇਆ ਵਾ ਉਹਦੇ ਬਾਅਦ। ਸਾਹ ਵੀ ਘੁੱਟਿਆ ਜਾਂਦਾ ਤੇਰਾ? ਹਾਂ। ਇੱਥੇ ਕਿਡਨੀ 'ਚ ਦਰਦ ਵੀ ਰਹਿੰਦੀ ਆ? ਉਹ ਪੱਥਰੀਆਂ ਵਾ ਭਾਜੀ 'ਚ ਕਰਾਇਆ ਨਾ ਅਲਟਰਾਸਾਊਂਡ, ਇਹ ਦਰਦ ਇੱਥੋਂ ਸ਼ੁਰੂ ਹੋ ਗਿਆ, ਇੱਥੇ ਵੀ ਆਉਂਦੀ ਅੱਗੇ? ਹਾਂਜੀ ਭਾਜੀ ਇੱਥੋਂ ਸ਼ੁਰੂ ਹੁੰਦੀ ਆ, ਇੱਥੇ ਆਉਂਦੀ ਆ। ਬਰਦਾਸ਼ਤ ਨਹੀਂ ਹੁੰਦੀ? ਨਹੀਂ ਬਰਦਾਸ਼ਤ। ਪਾਣੀ ਕਿੰਨਾ ਕੁ ਪੀਂਦਾ? ਪਾਣੀ ਬਹੁਤ ਇਸਤੇਮਾਲ ਘੱਟ ਹੀ ਕਰਦੇ ਆ ਭਾਈ, ਉਹ ਉੱਧਰ ਨਾ ਸਮੁੰਦਰਾਂ ਵੱਲ PKLI ਹਸਪੀਟਲ, ਹਾਂਜੀ ਡਾਕਟਰ ਹਮਜ਼ਾ, ਹਾਂਜੀ ਉਹਦੇ ਕੋਲੋਂ ਇਹਦੀਆਂ ਸਾਰੀਆਂ ਰਿਪੋਰਟਾਂ ਕਰਾਉਂਦੇ ਆ, ਠੀਕ ਹੋ ਜਾਏਗਾ ਤੂੰ। ਸਹੀ ਹੋ, ਬਹੁਤ ਵਧੀਆ ਹਸਪੀਟਲ ਆ ਸਾਡਾ। ਉੱਥੇ ਤਾਂ ਹੁਣ ਜਿਹੜਾ ਹੁੰਦਾ ਨਹੀਂ ਜਿਗਰ ਟਰਾਂਸਪਲਾਂਟ ਵੀ ਹੋ ਜਾਂਦਾ, ਕਿਡਨੀ ਦਾ ਸਪੈਸ਼ਲ ਆ, ਇਹ ਵੀ ਮੀਆਂ ਹੁਣਾਂ ਨੇ ਬਣਾਇਆ। ਚਲੋ ਭਾਈ ਉਹਦੇ ਕੋਲ ਉਹਨਾਂ ਕੋਲ ਟਾਈਮ ਲਵੋ, ਫਿਰ ਕਿਸੇ ਟਾਈਮ ਮੈਂ ਆ ਜਾਵਾਂਗਾ। ਉਹ ਟਾਈਮ ਹੀ ਟਾਈਮ ਆ, ਸਾਡਾ ਦੋਸਤ ਆ ਉਹ, ਜਿੰਨਾਂ ਦਾ ਵੀ ਅਸੀਂ ਟਾਈਮ ਲੈਣਾ। ਹਾਂਜੀ ਫਿਰ ਚੈੱਕ ਕਿੱਦਾਂ ਹੋਊ ਭਾਈ? ਡਰ ਜਾਂਦੇ ਆ ਨਾ ਲੋਕ, ਫਿਰ ਮੈਂ ਹੋਰ ਰੂਪ ਧਾਰ ਕੇ ਆਊਂਗਾ ਨਾ। ਚਲ ਆ ਤਾਂ ਕੇ ਤੁਰੇ ਚਲੋ, ਤੁਰੇ ਚਲੋ। ਉੱਥੇ ਉਹਨਾਂ ਨੇ ਲੱਠੇ ਦਾ ਸੂਟ ਪਾ ਕੇ ਆਈ। ਚਲ ਆ ਇਹਨੂੰ ਯਾਦ ਆ ਗਿਆ ਕਿ ਮੈਂ ਜਿੰਨ। ਅੱਛਾ ਆਹ ਦਰਖਤ ਕਿਹੜਾ ਜਿਹੜਾ ਘਣਾ ਬਹੁਤਾ ਦਰਖਤ ਵੱਡਾ? ਉਹ ਜਿਹੜਾ ਵੱਡਾ ਭਾਜੀ ਦਰਖਤ ਆ, ਆਹੋ ਆਹੋ, ਉਹ ਮੇਰੇ ਵੱਡੇ ਤਾਏ ਦਾ ਭਾਈ ਹੈ। ਉਹਦੀ ਵਾਹ ਵਾਹ ਫੈਮਿਲੀ ਲੱਗਦੀ ਹੈ ਨਾ? ਉਹ ਭਾਜੀ 20 ਤਾਂ ਉਹਦੇ ਬੱਚੇ ਆ। ਅਜੇ ਮੈਂ ਉਹਨੂੰ ਸਮਝਾਉਂਦਾ ਵੀ ਰਿਹਾ ਵਾਂ ਵੀ ਮਹਿੰਗਾਈ ਦਾ ਦੌਰ ਆ, ਤਾਇਆ ਕੋਈ ਥੋੜ੍ਹਾ ਜਿਹਾ ਹੱਥ ਨਾ ਢਿੱਲਾ ਰੱਖ। ਭਾਈ ਅਬਦਰ ਵੀ ਤਾਂ ਸੋਨਾ ਲਾ ਕੇ ਵੇਚ ਲਿਆ ਜੇ ਬੁੱਢੀ ਨੂੰ ਕਾਂਟੇ ਬਣਵਾ ਤੇ ਇੱਥੋਂ ਤੋਂ ਭਾਈ ਸਫ਼ਰ 'ਚ ਇੰਨੀ ਦੂਰੋਂ ਤਾਂ ਤੁਸੀਂ ਭਾਈ ਬੁਲਾਇਆ ਵਾ,
ਸਮਝਦੇ ਨਾ, ਬਸ ਤੂੰ ਨਾ ਅਛਾਈ ਦੇ ਕੰਮ ਕਰਨੇ ਆ। ਜਿਹੜੇ ਸਾਡੇ ਪਾਕਿਸਤਾਨ ਦੇ ਮੁਲਕ ਦੇ ਬਾਰੇ ਕੋਈ ਬੁਰਾ ਸੋਚਦੇ ਆ, ਤੂੰ ਉਹਨਾਂ ਦੇ ਜ਼ਿਹਨ 'ਚ ਵੜ ਕੇ ਉਹਨਾਂ ਦੇ ਜ਼ਿਹਨ ਘੁਮਾ ਦੇਣੇ ਨੇ, ਤਾਂ ਕਿ ਮੁਲਕ ਲਈ ਅੱਛਾ ਸੋਚਣ। ਉਹ ਭਾਈ ਤਾਂ ਤੁਸੀਂ ਨਹੀਂ ਮੋਟੀਵੇਟ ਕਰ ਸਕੇ ਉਹਨਾਂ ਨੂੰ? ਬੰਦੇ 'ਚ ਵੜਦਾ ਕਿੱਦਾਂ ਤੂੰ, ਮਤਲਬ ਬੰਦੇ 'ਚ ਜਿੰਨ ਵੜ ਗਿਆ ਇਹ ਕਿੱਦਾਂ ਤੂੰ ਵੜਦਾ, ਮੈਨੂੰ ਇਹ ਦੱਸ। ਉਹ ਭਾਈ ਉਹ ਸਾਡਾ ਨਾ ਉਹਨਾਂ 'ਤੇ ਸਿਰਫ ਅਸਰ ਹੁੰਦਾ ਵਾ, ਉਹ ਲੱਗਦਾ ਉਹਨਾਂ ਨੂੰ ਇਹ ਆ ਵੀ ਅਸੀਂ ਵਿੱਚ ਵਿੱਚ ਕਿੱਦਾਂ ਭਾਈ ਵੜ ਸਕਦਾ ਬੰਦਾ, ਉਹ ਅਸਰ ਹੁੰਦਾ ਉਹਨਾਂ 'ਤੇ। ਫਿਰ ਉਹ ਅਸੀਂ ਉਹਨਾਂ ਦਾ ਦਿਲ ਦਿਮਾਗ ਅਸੀਂ ਆਪਣੇ ਵਿਸ਼ 'ਚ ਕਰ ਲੈਂਦੇ ਹਾਂ। ਉਹ ਫਿਰ ਹੱਥ ਪੁੱਠੇ ਹੁੰਦੇ, ਅੱਖਾਂ ਪੁੱਠੀਆਂ ਕਰਦੇ, ਉਹ ਤਾਂ ਭਾਈ ਅਸੀਂ ਨਹੀਂ, ਮਿਰਗੀ ਹੁੰਦੀ ਆ ਉਹ ਤਾਂ, ਕਿਤੇ ਡਾਕਟਰ ਨੂੰ ਦਿਖਾਓ ਭਾਈ ਐਵੇਂ ਕਹਦਾ। ਸਾਨੂੰ ਤੇਰਾ ਇਲਾਜ ਆਉਂਦਾ ਨਹੀਂ, ਹੱਥ ਇੰਜ ਕਰ। ਮਤਲਬ ਕੀ ਹੈ ਤੇਰਾ, ਮੁਸਲਮਾਨ ਹੈ ਹਿੰਦੂ ਹੈ ਕੌਣ ਹੈ ਤੂੰ? ਮੈਂ ਮੁਸਲਮਾਨ ਹਾਂ ਬਾਬਾ ਜੀ। ਅੱਛਾ ਹਾਂ, ਬਸ ਠੀਕ ਆ ਫਿਰ, ਅੱਜ ਤੋਂ ਬਾਅਦ ਤੂੰ ਸਾਡੇ ਨਾਲ ਜਾਣਾ ਤੇ ਬੱਚਿਆਂ ਨੂੰ ਦੱਸ ਆ ਘਰ ਜਾ, ਤੈਨੂੰ ਇਹ ਵੀ ਛੂਟ ਦੇ। ਯਾਰ ਭਾਈ ਬੱਚਿਆਂ ਨੂੰ ਕੀ ਦੱਸਣਾ ਵਾ, ਮੇਰੇ ਬੱਚੇ ਕਹਿਣਾ ਕਾਰ ਕੋਈ ਨਹੀਂ ਗੇ, ਮੈਂ ਪੜ੍ਹਾ ਪੜ੍ਹੂ ਦਿੱਤੇ, ਉਹ ਮੈਂ ਵਾਂ ਅਨਪੜ੍ਹ, ਮੈਂ ਬੱਚੇ ਪੜ੍ਹਾ ਬੈਠਾ, ਗੱਲ ਹੀ ਕੋਈ ਨਹੀਂ ਮੰਨਦੇ, ਆਪਣੇ ਆਪਣੇ ਮੋਬਾਈਲ ਲੈ ਕੇ ਇੱਕ ਪਾਸੇ ਰਹਿੰਦੇ ਆ। ਯਾਰ ਪਾਕਿਸਤਾਨ ਦੇ ਬੱਚਿਆਂ ਨਾਲੋਂ ਤਾਂ ਤੇਰੇ ਬੱਚੇ ਅੱਛੇ ਜਿਹੜੇ ਪੜ੍ਹ ਲਿਖ ਗਏ, ਹਜੇ 20,000 ਬੱਚਾ, ਪਤਾ ਨਹੀਂ 20 ਲੱਖ ਬੱਚਾ ਜਾਂਦਾ ਹੀ ਨਹੀਂ ਸਕੂਲਾਂ 'ਚ। ਭਾਜੀ ਹਰ ਮਜ਼ਦੂਰੀਆਂ ਕਰਦੇ, ਕੋਈ ਚਾਹ 'ਤੇ ਲੱਗਾ ਵਿਚਾਰਾ, ਕੋਈ ਕਮਾਨੀਆਂ ਦੇ ਕੰਮ 'ਤੇ, ਕੋਈ ਹੋਰ ਕੁਛ, ਹੈਂ ਤਰ੍ਹਾਂ ਤਰ੍ਹਾਂ ਦੇ ਕੰਮ ਕਰਨ ਰਹੇ। ਆ ਟੈਡੀ ਵੀ ਨਹੀਂ ਪੜ੍ਹਿਆ ਇਹਨੂੰ, ਫਿਰ ਮੈਂ ਨਾਂ ਰੱਖਿਆ ਆਪਣੇ। ਭਾਈ ਪਤਾ ਕੀ ਆ, ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਮੈਂ ਪੜ੍ਹਾਏ ਆ ਨਾ ਨਿਆਣੇ, ਲੇਕਿਨ ਉਹ ਨਾ ਗਲਤ ਅਸਰ ਲੈ ਗਏ ਪੜ੍ਹਾਈ ਦਾ, ਉਹ ਮੈਨੂੰ ਪੁੱਛਦੇ ਨਹੀਂ, ਆਪਣੇ ਮੋਬਾਈਲਾਂ 'ਚ ਲੱਗੇ ਰਹੇ ਆ। ਗਲਤ ਨਹੀਂ ਲੈ ਗਏ, ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਨਾ ਉਹਨੂੰ ਆਪਣੀ ਉਛਾਈ ਬੁਰਾਈ ਦਾ ਪਤਾ ਲੱਗ ਜਾਂਦਾ, ਫਿਰ ਉਹ ਸਹੀ ਰਸਤੇ ਲੱਭਦੇ ਆ। ਨਹੀਂ ਚਲੋ ਹੁਣ ਬਹਿਸ ਮੁਕਾਓ ਤੇ ਮੈਨੂੰ ਦੱਸੋ ਕਿ ਮੈਨੂੰ ਬੁਲਾਇਆ ਕਾਹਦੇ ਵਾਸਤੇ? ਦੇਖੋ ਨਾ ਐਡੀ ਦੂਰ ਲਈ ਆ ਤੂੰ, ਹੈਂ ਬੋਤਲ 'ਚ ਵੜ ਚੱਲੀਏ? ਉਹ ਯਾਰ ਮੈਂ ਪਾਗਲ ਹਾਂ, ਮੈਂ 1.5 ਲੀਟਰ ਬੋਤਲ 'ਚ ਕਿੱਦਾਂ ਭਾਜੀ, ਕੋਈ ਮਸਲਾ ਕੋਈ ਗੱਲ ਹੁੰਦੀ ਹੈ? ਉਹ ਤਾਂ 1.5 ਲੀਟਰ ਦੀ ਮੈਂ ਤਿਰਲੀ ਖੁੱਲੀ ਡੁੱਲੀ ਲਿਆਇਆ ਵਾਂ, ਨਹੀਂ ਤਾਂ ਐਡੀ ਕੁ ਬੋਤਲ 'ਚ ਵੀ ਜਿੰਨ ਵੜ ਜਾਂਦਾ। ਭਾਜੀ ਤੁਹਾਨੂੰ ਮੈਂ ਅੱਗੇ ਦੱਸਿਆ ਵਾ ਮੈਨੂੰ ਨਾ, ਚੱਲ ਤੂੰ ਪੈਰ ਤਾਂ ਪਾ ਨਾ ਬੋਤਲ 'ਚ। ਉਹ ਨਹੀਂ ਪੈਣਾ ਭਾਜੀ, ਉਹ ਯਾਰ ਤੁਸੀਂ ਤਾਂ ਪੜ੍ਹ ਓਏ ਮੰਤਰ ਪੜ੍ਹ। ਉਹ ਯਾਰ ਇੱਕ ਮਿੰਟ ਮੈਂ ਘਰ ਤਾਂ ਦੱਸਾਂ ਬੱਚਿਆਂ ਨੂੰ ਮਿਲਿਆ ਵਾ ਮਾੜਾ ਜਿਹਾ, ਮੈਂ ਜਾ ਦੱਸ ਆ ਅਸੀਂ ਖਲੋਤੇ ਆ ਉਹਨਾਂ ਵਾ ਭਾਈ, ਬੱਚਿਆਂ ਨੂੰ ਫਿਰ ਤਲਾਹ ਤੇ ਕਰਦਾ ਨਾ। ਅੱਛਾ ਕਿੰਨਾ ਕਰਸਾ ਤੁਸੀਂ ਮੈਨੂੰ ਇੱਥੇ ਕੋਲ ਰੱਖਣਾ? ਯਾਰ ਅਸੀਂ ਤੇਰਾ ਹੱਕ ਨਹੀਂ ਰੱਖਦੇ, ਤੈਨੂੰ ਸੈਲਰੀ ਦਾਂਗੇ, ਮਹੀਨਾ ਮੋਕਲਾ ਸਾਡੇ ਨਾਲ ਕੀ ਲੈਣਾ, ਤੇਰੇ ਘਰ ਪੈਸੇ ਅਸੀਂ ਪਹੁੰਚਾ ਦਿਆ ਕਰਾਂਗੇ। ਜਾਇਜ਼ ਕੈਸ਼ ਬਣਿਆ ਤੇਰੇ ਬੱਚਿਆਂ ਦਾ? ਨਹੀਂ ਜਾਇਜ਼ ਕੈਸ਼ ਤੇ ਨਹੀਂ ਭਾਈ, ਸਾਡੇ ਨਾਲ ਸਟੋਰ ਆ ਨਾ ਕਰਿਆਨਾ ਸਟੋਰ, ਸਿਰ ਉਹ ਤੋਂ ਨਿਆਣੇ ਇੱਕ ਸੌਦਾ ਲੈ ਲੈਣਗੇ, ਤੁਸੀਂ ਉਹਨਾਂ ਦੇ ਮਹੀਨੇ ਤੇ ਮਹੀਨੇ ਪੈਸੇ ਦੇ ਦਿਆ ਕਰ। ਤੂੰ ਦੱਸ ਕੀ ਮਹੀਨਾ ਲੈਣਾ, ਸਖਤ ਨਹੀਂ ਦੇਖ ਲਓ ਭਾਈ, ਤੁਸੀਂ ਵੀ ਜਿੰਨਾ ਵਾਲੇ ਹੋ ਤੁਹਾਨੂੰ ਪਤਾ ਵੀ ਜਿੰਨ ਦਾ ਕੀ ਹਿਸਾਬ ਹੁੰਦਾ। ਜਿੰਨਾ ਵਾਲੇ ਕਿਹੜੇ, ਪਹਿਲਾਂ ਜਿੰਨ ਆ ਮੇਰੇ ਕੋਲ, ਮੈਂ 8 ਜਿੰਨ ਰੱਖੇ ਆ। 2.5 ਲੱਖ ਰੁਪਇਆ ਰੱਖ ਲਓ ਮਹੀਨਾ ਬਸ। ਨਹੀਂ 2.5 ਲੱਖ ਜ਼ਿਆਦਾ ਹੈਗਾ ਯਾਰ। ਉਹ ਭਾਜੀ 14 ਨਿਆਣੇ ਆ ਮੇਰੇ ਭਾਈ, ਤੇਰੇ ਤੇਰੇ 14 ਦੇ ਸਾਡੇ ਵੀ ਤੇ 8 ਹੈਗੇ ਹੀ ਆ। ਗੋਸ਼ਤ ਸੁੱਟਦੇ ਉਹ ਵੀ ਤੇਰਾ, ਕਾਲੇ ਮਾਂ ਤੇਰੇ, ਆਂਡੇ ਤੇਰੇ, ਉਹ ਯਾਰ ਰਾਵੀ ਦੇ ਵੇਖ ਕਿੰਨੀ ਕਲੇਜੀ ਸੁੱਟਣ ਦੇ, ਉਹ ਵੀ ਤੇਰੀ ਯਾਰ। ਉਹ ਕਾਲੇ ਮਾਂ ਤੇ ਆਂਡੇ ਜਿਹੜੇ ਆ ਨਾ ਉਹ ਚੌਂਕਾਂ 'ਚ ਲੋਕ ਸੁੱਟਦੇ, ਉਹ ਤਾਂ ਪਹੀਏ ਮਿੱਧ ਜਾਂਦੇ, ਸਾਡੇ ਤਾਂ ਹਿੱਸੇ ਕੁਛ ਨਹੀਂ ਆਉਂਦਾ। ਉਹ ਯਾਰ ਸਾਈਡ 'ਤੇ ਰੱਖਿਆ ਕਰੋ ਕਿਤੇ ਜਿੱਥੋਂ ਅਸੀਂ ਚੁੱਕ ਲਈਏ। ਬਸ ਠੀਕ ਆ, ਮੁੱਕ ਗਿਆ 1.5 ਲੱਖ ਰੁਪਈਆ। ਭਲਾ ਕਿਉਂ?
ਜਿੰਨ ਤਾਂ ਕਰਦਾ ਹੈ ਭਾਈ ਘੰਟਾ ਡੇਢ ਹੋ ਗਿਆ ਮੈਨੂੰ ਆਏ ਨੂੰ ਤੁਹਾਨੂੰ ਪਤਾ ਵਾ ਘਰ ਆਏ ਜਿੰਨ ਦਾ ਕੋਈ ਖਿਆਲ ਵੀ ਕਰੀਦਾ ਵਾ ਕਿਉਂ ਕੀ ਹੋਇਆ ਮੇਰੇ ਨਾਲ ਸ਼ੂਗਰ ਲੋਅ ਹੋ ਰਹੀ ਆ ਕੋਈ ਮਾੜਾ ਜਿਹਾ ਮਿੱਠੀ ਸ਼ੈ ਨਹੀਂ ਹੈਗੀ ਆਪਣੇ ਡੈਡੀ ਇਹ ਬਿਮਾਰ ਜਿੰਨ ਨਹੀਂ ਲੈ ਚੱਲੇ ਉਹ ਨਾ ਹੋਵੇ ਜੋ ਵੱਟੀ ਇਹਦੇ 'ਤੇ ਹੀ ਲਾਈ ਜਾਈਏ ਅਸੀਂ ਕੋਈ ਮਿੱਠੀ ਸ਼ੈ ਤਾਂ ਦਵੋ ਨਾ ਤੈਨੂੰ ਖਵਾਉਂਦੇ ਅਸੀਂ ਤੂੰ ਵੀ ਇੱਥੇ ਹੁੰਦਾ ਬਾਬੇ ਕੋਲ ਆਹੋ ਯਾਰ ਨਵਾਂ ਨਵਾਂ ਲੱਗਿਆ ਵਾ ਬਸ ਇਹ ਉਹ ਚਲੋ ਕਿਸੇ ਖਿਦਮਤ ਕਰੇਗਾ ਕਿਤੇ ਪਾਰ ਲੱਗ ਹੀ ਜਾਏਗਾ ਕਿੰਨੇ ਕੀ ਦਿੰਦਾ ਤੈਨੂੰ ਇਹ ਨਵਾਂ ਨਵਾਂ ਬਸ ਖਰਚਾ ਹੀ ਦਿੰਦਾ ਬਾਬਾ ਖਰਚਾ ਦਿੰਦਾ ਤਾਂ ਮੈਨੂੰ 2.5 ਲੱਖ ਕਿੱਥੋਂ ਦੇਣਾ ਉਹਨੇ ਯਾਰ ਖੋਲ੍ਹ ਕੇ ਬਾਬਾ ਜੀ ਸ਼ੈ ਪੇਸ਼ ਕਰੀ ਦੀ ਆ ਕਿਸੇ ਮਹਿਮਾਨ ਨੂੰ ਤੁਸੀਂ ਆਹ ਖੋਲ੍ਹੋ ਤਾਂ ਸਹੀ ਜਿੰਨਾ ਯਾਰ ਇਹ ਕੋਈ ਧਾਗਾ ਨਹੀਂ ਖੁੱਲ੍ਹਦਾ ਭਾਈ ਇਹ ਮੈਂ ਜਦੋਂ ਵੱਡੇ ਵੱਡੇ ਕੰਮ ਕਿੱਦਾਂ ਕਰੇਗਾ ਨਹੀਂ ਜਦੋਂ ਤੈਨੂੰ ਗਾਇਬ ਹੋਣਾ ਆਉਂਦਾ ਭਾਈ ਮੈਨੂੰ ਰੁਪਈਆ 1.5 ਲੱਖ ਦਵੋ ਮੈਂ 1 ਮਿੰਟ 'ਚ ਨਾ ਗਾਇਬ ਹੋਇਆ ਫਿਰ ਕਿਉਂ ਹੋਏ ਹੋਏ ਯਾਰ ਇਸ ਦਾ ਧਾਗਾ ਵੀ ਨਹੀਂ ਖੋਲ੍ਹਣਾ ਆਉਂਦਾ ਬਾਬਾ ਜੀ ਤੁਹਾਨੂੰ ਨਹੀਂ ਖੋਲ੍ਹਣਾ ਬਾਬਾ ਜੀ ਇਹ ਮੰਤਰ ਨਾਲ ਥੋੜ੍ਹਾ ਬਹੁਤ ਜ਼ੋਰ ਨਾਲ ਖੁੱਲ੍ਹਦਾ ਇਹ ਲੱਛਾ 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 ਖਾਦੇ ਕਦੀ ਦੁਨੀਆਂ 'ਚ ਦੁਨੀਆਂ ਦਾ ਕੋਈ ਆਈਟਮ ਆ ਭਾਈ ਲੱਛਾ ਹੈ ਨਾ ਇਹ ਮੈਨੂੰ ਕਹਿੰਦੇ ਨੇ ਜਿੱਦਾਂ ਮੁਖਤਲਿਫ ਬਾਬਿਆਂ ਨੂੰ ਕਹਿੰਦੇ ਨੇ ਬਾਬਾ ਲੱਛਾ ਅੱਛਾ ਤੁਹਾਡਾ ਨਾਮ ਆ ਮੇਰਾ ਲੱਛਾ ਮੈਂ ਲੱਛੇ ਵੇਚਦਾ ਸਾਂ ਅੱਛਾ ਜੀ ਉਹ ਫਿਰ ਇੱਕ ਗਲੀ 'ਚੋਂ ਮੈਨੂੰ ਫੈਜ਼ ਮਿਲਿਆ ਆ ਲੱਛੇ ਸਾਰੇ ਸਿਰ 'ਤੇ ਲਾ ਲਏ ਸੀ ਚਿਰਾਗ ਚਰੂਗ ਵੀ ਰੱਖੀਏ ਹੁਣ ਜਿੰਨ ਤਾਂ ਆ ਹੀ ਗਿਆ ਹੁਣ ਕੱਲ੍ਹ ਹੀ ਰਗੜਨਾ ਇਹਨੂੰ ਆ ਲੈ ਖਾ ਮਜ਼ਾ ਆ ਰਿਹਾ ਇੱਕ ਦੋ ਨਿਆਣਿਆਂ ਵਾਸਤੇ ਵੀ ਮੰਗਾ ਦਿਓ ਨਹੀਂ ਯਾਰ ਮੇਰੇ ਹੁਣ ਨਾ ਪਿੱਛੇ ਵੇਖ ਗਏ ਸਾਰੇ ਇੱਕ ਅੱਧਾ ਹੀ ਆ ਮੇਰੇ ਕੋਲ ਆ ਇੱਕ ਹੋਰ ਆ ਆ ਜਿਹੜਾ ਜਿਹੜਾ ਬੜਾ ਲਾਡਲਾ ਮੁੰਡਾ ਉਹਨੂੰ ਦੇ ਦੀ ਆ ਮੀਸਮ ਨੂੰ ਦਊਂਗਾ ਆ ਮੀਸਮ ਮੀਸਮ ਨਾ ਰੱਖਿਆ ਹਾਂ ਚਲੋ ਠੀਕ ਆ ਆ ਮੁਸਲਮਾਨ ਜਿੰਨ ਨਾ ਉਹ ਤੂੰ ਜਿੰਨ ਆ ਅਸੀਂ ਮੰਨ ਗਏ ਯਾਰ ਕਾਹਦੇ ਲਈ ਖਾ 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 ਕਰੀ ਜਾਂਦਾ ਮਾੜਾ ਮੋਟਾ ਤਾਂ ਇੰਪਰੈਸ਼ਨ ਪਾਉਣ ਦਵੋ ਹੁਣ ਤਾਂ ਐਵੇਂ ਇੰਪਰੈਸ਼ਨ ਚੱਲ ਵੜ ਬੋਤਲ ਦੇ ਵਿੱਚ ਚੱਲ ਵੜ ਕਿਹੜਾ ਸਿੰਘ ਪਹਿਲਾਂ ਸ਼ੁਰੂ ਕਰ ਆਇਆ ਯਾਰ ਤੁਹਾਡੀ ਅਕਲ ਨਹੀਂ ਕੰਮ ਕਰਦੀ ਇਹ ਨਾ ਇੱਦਾਂ ਨਹੀਂ ਭਾਈ ਮੰਤਰ ਮੁੰਤਰ ਨਾਲ ਬੋਤਲ ਸਿੱਧੀ ਤਰੀਕੇ ਨਾਲ ਨਹੀਂ ਜਾਏਗਾ ਮੈਨੂੰ ਲੱਗਦਾ ਇਸ ਬੋਤਲ 'ਚ ਵੜ ਜਾ ਸ਼ੀਕ ਦਾਸ ਬਾਪੂ ਤੁਕੜ ਬਾਅਦ ਝੂਠ ਕਰ ਲਓ ਚਾਬੀ ਚਿੰਬਾ ਹਾਉ ਸਾਡੇ ਕੋਲੋਂ ਗਲਤੀ ਹੋ ਗਈ ਆ ਸਾਡੇ ਕੋਲੋਂ ਗਲਤੀ ਹੋ ਗਈ ਆ ਹੁਣ ਕਿੱਥੇ ਜਾਏਗਾ ਬੋਤਲ ਮੇ ਭਾਈ ਇੱਥੇ ਕੋਈ ਵਾਸ਼ਰੂਮ ਲਾਗੇ ਹੈਗਾ ਮੈਂ ਆਇਆ 1 ਮਿੰਟ ਓਏ ਉਹ ਤੂੰ ਬੋਤਲ 'ਚ ਨਹੀਂ ਗਿਆ ਉਹ ਯਾਰ ਨਹੀਂ ਭਾਈ ਮੰਤਰ ਤੁਹਾਡਾ ਹਲਕਾ ਵਾ ਮੈਂ ਇੱਦਾਂ ਐਡੇ ਸੌਖਾ ਨਹੀਂ ਮੈਂ ਬੰਦ ਕਰਨਾ ਹੈਗਾ ਬੋਤਲ ਸਾਡੇ ਕੋਲ ਹੋਰ ਵੀ ਬੜੇ ਤਰੀਕੇ ਨੇ ਪੁੱਤਰ ਓਏ ਹਾਂ ਪੁੱਤਰ ਕੀ ਪਟਾਕਦਮ ਪੁਖਤ ਕੜਿੰਬਾ ਹੁਰਲ ਹੁਰਲ ਸ਼ਕ ਸ਼ਿੰਬਾ ਕੀ ਪਟਾਕਦਮ ਪੁਖਤ ਕੜਿੰਬਾ ਹੁਰਲ ਹੁਰਲ ਸ਼ਕ ਸ਼ਿੰਬਾ ਇਹ ਬਾਬਾ ਜੀ ਬੜਾ ਸਖਤ ਦਮ ਕਰਦੇ ਨੇ ਇਹਦੇ ਚੋਂ ਨਹੀਂ ਬੰਦਾ ਨਿਕਲਦਾ ਉਹ ਬਾਬਾ ਯਾਰ ਇਹ ਕਿਹੜਾ ਤਰੀਕਾ ਯਾਰ ਜਿੰਨ ਨੂੰ ਫੜਨ ਦਾ ਕੋਈ ਸਾਡਾ ਆਪਣਾ ਤਰੀਕਾ ਵਾ ਤੂੰ ਨਹੀਂ ਬੋਤਲ 'ਚ ਫੜਨ ਦਾ ਘੰਟਾ ਹੋ ਗਿਆ ਤੈਨੂੰ ਉਹ ਭਾਈ ਇਹ ਮੰਤਰ ਨਾ ਵੜਦਾ ਵਾ ਜਦੋਂ ਤੁਹਾਨੂੰ ਮੰਤਰ ਨਹੀਂ ਆਉਂਦਾ ਤੁਸੀਂ ਕਿਉਂ ਫਾਹ ਲੈਂਦੇ ਹੋ ਫਾਹ ਹੁਣ ਤਾਂ ਤੈਨੂੰ ਆਏਗਾ ਚੱਲ ਹਾਂ ਇੱਦਾਂ ਬੰਦ ਅੱਗੇ ਲੱਗ ਅੱਗੇ ਲੱਗ ਅੱਗੇ ਉਹ ਯਾਰ ਮੈਂ ਜਿੰਨ ਨਾ ਬਾਂਦਰ ਆ ਮੈਂ ਇੱਦਾਂ ਕੌਣ ਫੜਦਾ ਭਾਈ ਜਿੰਨ ਨੂੰ ਅਸੀਂ ਫੜਦੇ ਹਾਂ ਹਾਂ ਮੈਂ ਇੱਕ ਵਾਰੀ ਦਿਨ ਨੂੰ ਇੰਨੀ ਫੜਿਆ ਹੀ ਉਹਨੇ ਮੇਰੇ ਦੰਦੀ ਵੜਤੀ ਸੀ ਚੱਲ ਅੱਗੇ ਲੱਗ ਚੱਲ ਉਹ ਯਾਰ ਖਲੋ ਜਾਓ ਭਾ ਮੇਰਾ ਨਾ ਸਾਹ ਰੁਕ ਰਿਹਾ ਵਾ ਤੁਸੀਂ ਆ ਮਾੜਾ ਜਿਹਾ ਢਿੱਲਾ ਯਾਰ ਤੂੰ ਕਾਹਦਾ ਜਿੰਨਾ ਤੇਰੀ ਹਰ ਜਗ੍ਹਾ ਤੂੰ ਰੁਕਣ ਦਿਆ ਕੁਛ ਨਾ ਕੁਛ ਕੱਲ ਨੂੰ ਮੈਂ ਤੈਨੂੰ ਕੋਈ ਕੰਮ ਕਵਾਂਗਾ ਤੁਸੀਂ ਕਹੀ ਤੁਸੀਂ ਆਪ ਕਰ ਲਓ ਮੈਂ ਤਾਂ ਜਿੰਨਾ ਮੇਰੀ ਤਬੀਅਤ ਨਹੀਂ ਯਾਰ ਮੇਰੇ ਕੋਲ ਲਿਓ ਕੰਮ ਮੈਂ ਨਹੀਂ ਕਹਿੰਦਾ ਕੰਮ ਨਾ ਲਵੋ ਲੇਕਿਨ ਬੋਤਲ 'ਚ ਮੰਤਰ ਜਿਹੜਾ ਨਾ ਉਹ ਹੋਰ ਹੁੰਦਾ ਭਾਈ ਫਿਰ ਬੰਦ ਹੁੰਦਾ ਬੰਦਾ ਹੈ ਨਹੀਂ ਅਸੀਂ ਪਟੇ ਵਾਲਾ ਕੀਤਾ ਯਾਰ ਛੱਡੋ ਮੈਨੂੰ
ਵਾਹ ਜੀ ਵਾਹ, ਕਮਾਲ ਦਾ ਇਹ ਵਾਲਾ ਐਪੀਸੋਡ ਸੀ ਜਿਹੜਾ ਇਹਨਾਂ ਨੇ ਮਤਲਬ ਪੇਸ਼ ਕੀਤਾ ਅਲਬੇਲਾ ਟੀ ਵੀ ਚੈਨਲ ਨੇ। ਬਹੁਤ ਹੀ ਕਮਾਲ ਦਾ ਜਿੰਨ ਫੜਨ ਦਾ ਕਿਆ ਤਰੀਕਾ ਸੀ, ਪਰ ਜਿੰਨ ਜਿਹੜਾ ਫੜਿਆ ਨਹੀਂ ਗਿਆ, ਫੜਿਆ ਵੀ ਇਸ ਤਰੀਕੇ ਨਾਲ ਕਿ ਉਹਨਾਂ ਨੂੰ ਮੰਤਰ ਤਾਂ ਕੋਈ ਆਉਂਦਾ ਨਹੀਂ ਸੀ, ਜਿਵੇਂ ਕੁੱਤੇ ਨੂੰ ਰੱਸੀ ਪਾਈ ਦੀ ਤਾਂ ਰੱਸੀ ਪਾ ਕੇ ਤਾਂ ਉਹਨੂੰ ਲੈ ਕੇ ਜਾਣ ਲੱਗੇ ਆ। ਬਹੁਤ ਵਧੀਆ ਲੱਗੀ, ਬਹੁਤ ਅਮੇਜ਼ਿੰਗ ਵੀਡੀਓ ਸੀ, ਬਹੁਤ ਹੀ ਖੂਬਸੂਰਤੀ ਨਾਲ ਜਿਹੜੀ ਉਹ ਬਣਾਈ ਗਈ, ਅਪਲੋਡ ਕੀਤੀ ਗਈ, ਬਹੁਤ ਵਧੀਆ ਸੀ। ਇਹ ਸੀ ਅੱਜ ਦੀ ਵੀਡੀਓ, ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।